ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਸਾਰਿਆਂ ਨੇ ਇਹ ਤਾਂ ਬਹੁਤ ਹੀ ਵਾਰ ਸੁਣਿਆ ਹੋਵੇਗਾ ਕਿ ਕਿਸੇ ਮੁੰਡੇ ਦੇ ਨਾਲ ਮੁੰਡੇ ਦਾ ਵਿਆਹ ਹੋ ਚੁੱਕਾ ਹੈ ਜਾਂ ਫਿਰ ਕਿਸੇ ਕੁੜੀ ਦੇ ਨਾਲ ਕੁੜੀ ਨੇ ਵਿਆਹ ਕਰਵਾ ਲਿਆ ਹੈ ਇਥੋਂ ਤੱਕ ਕਿ ਅਸੀਂ ਇਹ ਵੀ ਸੁਣਦੇ ਆ ਰਹੇ ਹਾਂ ਕਿ ਕਿਸੇ ਵੱਖ ਜਾਤੀ ਦੇ ਮੁੰਡੇ ਅਤੇ ਕੁੜੀ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਹੈ ਪਰ ਅੱਜ ਅਸੀਂ ਆਪਣੀ ਇਸ ਵੀਡੀਓ ਦੌਰਾਨ ਤੁਹਾਡੇ ਨਾਲ ਜਿਸ ਜੋੜੇ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਉਸ ਦੇ ਬਾਰੇ ਵਿੱਚ ਸੁਣ ਕੇ ਤੁਸੀਂ ਬਹੁਤ ਹੀ ਜ਼ਿਆਦਾ ਹੈਰਾਨ ਹੋਵੋਗੇ ਕਿ ਵਾਕਿਆ ਇਸ ਸਮਾਜ ਦੇ ਵਿੱਚ ਇਸ ਤਰ੍ਹਾਂ ਵੀ ਹੋ ਰਿਹਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ ਅੱਜ ਅਸੀਂ ਆਪਣੀ ਇਸ ਵੀਡੀਓ ਦੌਰਾਨ ਤੁਹਾਨੂੰ ਇਸ ਗੱਲ ਦਾ ਸਬੂਤ ਦੇ ਕੇ ਦਿਖਾਵਾਂਗੇ ਦ ਅਸਲ ਅਨੋਖਾ ਵਿਆਹ ਨੌਜਵਾਨ ਨੇ ਕਿੰਨਰ ਨਾਲ ਪਿਆਰ ਤੋਂ ਬਾਅਦ ਦਾ ਕੀਤਾ ਵਿਆਹ ਨੂੰ ਦਾ ਚਿਹਰਾ ਦੇਖ ਭੀੋਸ਼ ਹੋ ਗਈ ਸੀ ਸੱਸ ਲਵ ਮੈਰਿਜ ਨੂੰ ਲੈ ਕੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ ਤੇ ਇਹ ਨਹੀਂ ਦੇਖਦਾ ਹੈ ਕਿ ਉਸ ਦਾ ਪਾਰਟਨਰ ਕਿਸ ਜਾਤੀ ਧਰਮ ਰੰਗ ਉਮਰ ਜਾਂ ਰੁਤਬੇ ਦਾ ਹੈ ਪ੍ਰੇਮੀ ਜੋੜੇ ਪਿਆਰ ਚ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਤਤਪਰ ਰਹਿੰਦੇ ਹਨ ਕੁਝ ਅਜਿਹਾ ਹੀ ਮਾਮਲਾ ਬੀਤੇ ਦਿਨੀ ਬਿਹਾਰ ਦੇ ਸੰਸਾਰਾਂ ਜ਼ਿਲ੍ਹੇ ਚ ਦੇਖਣ ਨੂੰ ਮਿਲਿਆ ਹੈ ਇੱਥੇ ਇੱਕ ਪ੍ਰੇਮੀ ਜੋੜੇ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਲੇਚ ਹੋਏ ਲਵ ਮੈਰਿਜ ਦਾ ਅਸਲ ਇਸ ਲਈ ਚਰਚਾ ਚ ਹੈ ਕਿਉਂਕਿ ਇੱਥੇ ਇੱਕ ਨੌਜਵਾਨ ਨੂੰ ਕਿੰਨਰ ਨਾਲ ਪਿਆਰ ਹੋ ਗਿਆ ਸੀ ਤੇ ਉਸਨੇ ਲੰਬੇ ਅਫੇਅਰ ਤੋਂ ਬਾਅਦ ਵਿਆਹ ਕਰ ਲਿਆ ਵਿਆਹ ਤੋਂ ਬਾਅਦ ਨੌਜਵਾਨ ਨੇ ਆਪਣੀ ਮਾਂ ਨੂੰ ਸੂਚਨਾ ਦਿੱਤੀ ਕਿ ਉਸਨੇ ਵਿਆਹ ਕਰ ਲਿਆ ਹੈ ਤੇ ਨੂੰ ਨੂੰ ਘਰ ਲੈ ਕੇ ਆ ਰਿਹਾ ਹੈ ਆਪਣੀ ਨੂੰ ਦੇ ਕਿੰਨਰ ਹੋਣ ਦੀ ਗੱਲ ਨੂੰ ਲੈ ਕੇ ਅਣਜਾਣ मां ਉਸਨੇ ਸਵਾਗਤ ਚ ਲੱਗੀ ਹੋਈ ਸੀ ਪਰ ਬੇਟਾ ਜਿਵੇਂ ਹੀ ਘਰ ਪਹੁੰਚਿਆ ਤੇ ਮੂੰਹ ਦਿਖਾਈ ਚ ਨੂਨ ਦਾ ਕੁੰਡ ਹਟਾਇਆ ਤਾਂ ਅਜੀਹਾ ਝਟਕਾ ਲੱਗਾ ਕਿ ਉਸੇ ਸਮੇਂ मां ਬਿਹੋਸ਼ ਹੋ ਗਈ ਤਤਕਾਲ ਡਾਕਟਰਾਂ ਨੂੰ ਬੁਲਾਇਆ ਗਿਆ ਤੇ ਇਲਾਜ ਤੋਂ ਬਾਅਦ ਜਦੋਂ मां ਨੂੰ ਹੋਸ਼ ਆਇਆ ਤਾਂ मां ਦਾ ਗੁੱਸਾ ਸਤਵੀਂ ਸਮਾਨ ਤੇ ਸੀ ਇਸ ਦੌਰਾਨ मां ਨੇ ਬੇਟੇ ਤੇ ਕਿੰਦਰ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਜਿੰਨੇ ਵੀ ਲੋਕ ਉਸ ਸਮੇਂ ਦੇ ਵਿੱਚ ਉਸ ਜਗ੍ਹਾ ਤੇ ਮੌਜੂਦ ਸਨ ਅਤੇ ਮੂੰਹ ਦੀ ਮੂੰਹ ਦਿਖਾਈ ਕਰਨ ਦੇ ਲਈ ਆਏ ਹੋਏ ਸਨ ਉਹ ਸਾਰੇ ਹੀ ਆਪਸ ਵਿੱਚ ਮੂੰਹ ਜੋੜ-ਜੋੜ ਕੇ ਗੱਲਾਂ ਕਰ ਰਹੇ ਸਨ ਕਿ ਇਹਨਾਂ ਦਾ ਬੇਟਾ ਇਹ ਕੀ ਕੰਮ ਕਰ ਆਇਆ ਹੈ ਅਤੇ ਉਸ ਨੇ ਆਪਣੀ ਮਾਂ ਦੀਆਂ ਸਾਰੀਆਂ ਰੀਝਾਂ ਨੂੰ ਹੀ ਮੁਕਾ ਕੇ ਰੱਖ ਦਿੱਤਾ ਹੈ ਪਰ ਮੁੰਡਾ ਆਪਣੇ ਇਸ ਫੈਸਲੇ ਨੂੰ ਬਦਲਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਉਸ ਨੂੰ ਉਸਦੇ ਵੱਡਿਆਂ ਨੇ ਬਹੁਤ ਹੀ ਜ਼ਿਆਦਾ ਸਮਝਾਇਆ ਕਿ ਉਹ ਇਹ ਕੰਮ ਨਾ ਕਰੇ ਪਰ ਮੁੰਡਾ ਕਿਸੇ ਵੀ ਗੱਲ ਤੇ ਨਹੀਂ ਆ ਰਿਹਾ ਅਤੇ ਉਸਨੇ ਇੱਕੋ ਹੀ ਜਿੱਦ ਫੜੀ ਹੋਈ ਹੈ ਕਿ ਉਸਨੇ ਇਸ ਕਿਨਰ ਦੇ ਨਾਲ ਹੁਣ ਵਿਆਹ ਕਰਵਾ ਲਿਆ ਹੈ ਤੇ ਇਹ ਇਸ ਰਿਸ਼ਤੇ ਨੂੰ ਕਦੇ ਵੀ ਨਹੀਂ ਤੋੜੇਗਾ ਅਤੇ ساری ਉਮਰ ਇਸੇ ਰਿਸ਼ਤੇ ਦੇ ਵਿੱਚ ਹੀ ਵੱਜ ਕੇ ਰਹੇਗਾ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ